ਹੈਲੋ ਜੀ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਅਤੇ ਮੇਰੇ ਵੀਰਾਂ ਦਾ ਸਵਾਗਤ ਆ। ਹਾਂਜੀ ਅੱਜ ਆਪਾਂ ਬਣਾਵਾਂਗੇ ਖਾਸ ਦਾ ਕਰਾਰੇ ਸਨੈਕਸ ਆਲੂ ਸਨੈਕਸ ਸਟਫਿੰਗ ਵਾਲੇ ਤੇ ਬਹੁਤ ਹੀ ਟੇਸਟੀ ਆ ਬਹੁਤ ਹੀ ਜਿਹੜੇ ਫਟਾਫਟ ਬਣ ਕੇ ਤਿਆਰ ਆ ਬਹੁਤ ਹੀ ਈਜ਼ੀ ਆ ਸੌਖੇ ਤਰੀਕੇ ਦੇ ਨਾਲ ਹੀ ਬਣਾਵਾਂਗੇ ਜਿਹੜੇ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਆ। ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਤਿਆਰੀ ਕਰਦੇ ਆਂ ਆਪਾਂ ਕੀ ਸਮਾਨ ਲਿਆ। ਇਹ ਆਪਾਂ 2 ਚਮਚ ਸੂਜੀ ਦੇ ਲਈ ਆ ਤੇ 1.5 ਕੌਲੀ ਆਪਾਂ ਮੈਦੇ ਦੀ ਲਈ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ 1 ਚਮਚ ਜਮੈਨ ਦਾ ਇਹਨੂੰ ਕ੍ਰਸ਼ ਕਰ ਲੈਨੇ ਹੱਥ ਨਾਲ ਤੇ ਥੋੜਾ ਜਿਹਾ ਆਪਾਂ 1/2 ਚਮਚ ਤੋਂ ਵੀ ਜਿਹੜਾ ਘੱਟ ਲਿਆ ਨਮਕ ਤੇ ਇਹ ਆਪਣਾ 1.5 ਚਮਚਾ ਸੂਜੀ ਆ ਇਹ ਆਪਾਂ ਲਿਆ ਜੀ ਰਾਈਫਡ ਆਇਲ ਇਹਦੀ ਜਗ੍ਹਾ ਆਪਾਂ ਘਿਓ ਵੀ ਲੈ ਸਕਦੇ ਆ ਇਹ ਮੈਂ 4 ਚਮਚ ਪਾਏ ਆ 4 ਤੋਂ 6 ਚਮਚ ਜਿਹੜੇ ਆਪਾਂ 1.5 ਤੋਂ 2 ਕੌਲੀਆਂ ਦੇ ਵਿੱਚ ਜਿਹੜਾ ਇਹ ਆਪਾਂ ਮਾਯਨ ਪਾ ਸਕਦੇ ਹਾਂ ਤਾਂ ਕਿ ਜਿਹੜਾ ਇਹਨਾਂ ਨੂੰ ਕ੍ਰਿਸਪੀ ਬਣਾਉਣਾ ਹੈ ਆਪਾਂ ਖਾਸ ਤਾ ਇਹ ਜਿਹੜੇ ਅੰਦਰ ਤੱਕ ਵੀ ਇਹ ਰੜ ਜਾਣ ਵਿੱਚੋਂ ਕੱਚੇ ਨਾ ਰਹਿਣ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਘਿਓ ਨੂੰ অরਫਾਈਂਡ ਨੂੰ ਜਿਹੜਾ ਮਿਕਸ ਕਰ ਲੈਣਾ ਇਹਦੀ ਜਗ੍ਹਾ ਆਪਾਂ ਘਿਓ ਵੀ ਲੈ ਸਕਦੇ ਹਾਂ ਕੋਈ ਵੀ ਜਿਹੜਾ ਕੁਕਿੰਗ ਘਿਓ ਜਾਂ ਰਫਾਈਂਡ ਆਇਲ ਕੁਝ ਵੀ ਵਰਤਦੇ ਆਪਾਂ ਕੁਝ ਵੀ ਲੈ ਸਕਦੇ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਲੋ ਮਿਕਸ ਕਰ ਲਿਆ ਇਹ ਹੁਣ ਪੂਰਾ ਬਾਈਂਡ ਹੁੰਦਾ ਹੈ ਆ ਦੇਖੋ ਇੰਨਾ ਕਾ ਆਪਾਂ ਨੂੰ ਚਾਹੀਦਾ ਜੇ ਘੱਟ ਹੋਵੇ ਤਾਂ ਆਪਾਂ ਦੋ ਚਮਚ ਜਿਹੜੇ ਹੋਰ ਪਾ ਸਕਦੇ ਆ ਤੇ ਲਓ ਜੀ ਹੁਣ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨਾਂਗੇ ਥੋੜਾ ਆਪਾਂ ਸਾਖਤੀ ਗੁੰਨਾਂਗੇ ਜਿਸ ਤਰ੍ਹਾਂ ਆਪਣਾ ਨਮਕ ਪਾਰੇ ਜਾਂ ਮਠੀਆਂ ਵਾਲਾ ਆਟਾ ਗੁੰਨਦੇ ਆ ਮੈਦਾ ਉਸੇ ਤਰ੍ਹਾਂ ਹੀ ਆਪਾਂ ਇਸ ਨੂੰ ਗੁੰਨਾਂਗੇ ਥੋੜਾ ਟਾਈਟ ਹੀ ਗੁੰਨਣਾ ਹੈ ਤੇ ਪਾਣੀ ਜਿਹੜਾ ਹੈ ਇਕਦਮ ਨਹੀਂ ਪਾਉਣਾ ਨਹੀਂ ਤਾਂ ਫਿਰ ਜਿਹੜਾ ਹੈ ਆਪਣਾ ਡੋਆ ਆਟਾ ਉਹ ਟਿੱਲਾ ਹੋ ਜਾਊਗਾ ਇਸ ਕਰਕੇ ਆਪਾਂ ਜਿਹੜਾ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਟਾਈਟ ਹੀ ਗੁੰਨ ਲੈਣਾ ਜਿਸ ਤਰ੍ਹਾਂ ਆਪਣੀਆਂ ਮਟਰੀਆਂ ਮਠੜੀਆਂ ਬਣਾਉਣੀਆਂ ਜਾਂ ਨਮਕਪਾਰੇ ਬਣਾਉਣੀਆਂ ਉਸ ਤਰ੍ਹਾਂ ਦਾ ਜਿਹੜਾ ਹੈ ਆਪਾਂ ਨੂੰ ਇਹ ਡੋ ਚਾਹੀਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਗੁੰਨ-ਗੁੰਨ ਕੇ ਜਿਹੜਾ ਇਹਨੂੰ ਸਮੂਥ ਚਿਕਨਾ ਕਰ ਲੈਣਾ ਜਿਹੜਾ ਕਿ ਇਹਨੂੰ ਆਪਾਂ ਨੂੰ 10 ਮਿੰਟ ਲੱਗ ਜਾਣ ਮੈਦਾ ਗੁੰਨਦੇ ਹੋਏ ਤਾਂ ਕਿ ਜਿਹੜਾ ਇਹ ਚਿੱਕਣਾ ਸਮੂਥ ਹੋ ਜਾਵੇ ਪੂਰੀ ਤਰ੍ਹਾਂ ਲਓ ਜੀ ਹੁਣ ਆਪਾਂ ਇਹਨੂੰ ਰੈਸਟ ਤੇ ਰੱਖ ਦਿੰਨੇ ਆ 15-20 ਮਿੰਟ ਵਾਸਤੇ ਤੇ ਉਨੀ ਦੇਰ ਆਪਾਂ ਜਿਹੜਾ ਸਟਫਿੰਗ ਵਾਲਾ ਮਿਸ਼ਰਣਾ ਉਹ ਤਿਆਰ ਕਰ ਲੈਨੇ ਆ ਇੱਧਰ ਮੈਂ 2 ਚਮਚ ਜਿਹੜੇ ਆਇਲ ਦੇ ਲੈ ਲੇ ਤੇ ਇਹਨੂੰ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ 1 ਚਮਚਾ ਜਿਹੜਾ ਜੀਰਾ ਪਾਵਾਂਗੇ ਤੇ ਇਹ ਮੈਂ ਲੈ ਲਿਆ ਧਨੀਆ ਕੁੱਟਿਆ ਹੋਇਆ ਧਨੀਆ ਸੀ ਥੋੜਾ ਜਿਹਾ ਲਸਣ ਪਿਆਜ਼ ਆਦਰਕ ਵੀ ਆਪਾਂ ਪਾ ਸਕਦੇ ਹਾਂ ਹਰੀ ਮਿਰਚ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਤੇ ਲਸਣ ਤੇ ਹਰੀ ਮਿਰਚ ਨੂੰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਇਹਦੇ ਵਿੱਚ ਮਸਾਲੇ ਨਾਰਮਲ ਜਿਹੜੇ ਮਸਾਲੇ ਪਾਵਾਂਗੇ ਮਸਾਲੇ ਆਪਾਂ ਆਪਣੇ ਟੇਸਟ ਦੇ ਨਾਲ ਜੇ ਲੱਗ ਤੋਂ ਜਿਵੇਂ ਕਿ ਮੈਗੀ ਮਸਾਲਾ ਜਾਂ ਪਾਉ ਬਾਜੀ ਜਾਂ ਹੋਰ ਕੋਈ ਮਸਾਲਾ ਜਿਹੜੇ ਵੀ ਆਪਣੇ ਮਸਾਲੇ ਘਰ ਵਿੱਚ ਹੋਣ ਜਾਂ ਆਪਾਂ ਨੂੰ ਪਸੰਦ ਹੋਣ ਆਪਾਂ ਉਹ ਸਟਫਿੰਗ ਦੇ ਵਿੱਚ ਮਸਾਲਾ ਟੇਸਟ ਵਧਾਉਣ ਵਾਸਤੇ ਪਾ ਸਕਦੇ ਆ ਜਾਂ ਸਬਜੀ ਮਸਾਲਾ ਪਰ ਆਪਾਂ ਜਿਹੜੇ ਨਾਰਮਲ ਹੀ ਮਸਾਲੇ ਪਾਉਣੇ ਆ ਇਹ ਸਟਫਿੰਗ ਕਰਨ ਵਾਸਤੇ ਵੀ 2 ਚਮਚ ਜਿਹੜੇ ਮੈਂ ਵੇਸਣ ਦੇ ਲਈ ਆ ਤੇ ਨਾਲ ਹੀ ਆਪਾਂ ਪਿਆਜ਼ ਦੇ ਜਿਹੜਾ ਵੇਸਣ ਨੂੰ ਭੁੰਨ ਲੈਣਾ ਤਾਂ ਕਿ ਜਦੋਂ ਆਪਾਂ ਆਲੂਆਂ ਦਾ ਮਿਸ਼ਰਣ ਬਣਾਉਣਾ ਤੇ ਇਹ ਢਿੱਲਾ ਨਾ ਹੋਵੇ ਇਸ ਕਰਕੇ ਜਿਹੜਾ ਆਪਾਂ 2 ਚਮਚ ਵੀ ਇਹਦੀ ਜਿਹੜੀ ਬਾਇੰਡ ਹੈਗਾ ਆਲੂਆਂ ਦੀ ਵਧੀਆ ਹੋ ਸਕੇ ਖਿਲਰੇ ਨਾ ਢਿੱਲੇ ਨਾ ਰਹਣ ਇਸ ਕਰਕੇ ਦੋ ਚਮਚ ਆਪਾਂ ਬੇਸਨ ਦੇ ਲੈ ਕੇ ਉਹਨੂੰ ਪਿਆਜ਼ ਦੇ ਨਾਲ ਹੀ ਜਿਹੜਾ ਉਹਨੂੰ ਭੁੰਨ ਲਿਆ ਵੀ ਕੱਚਾਪਨ ਵੀ ਨਾ ਆਵੇ ਉਹਦਾ ਕੱਚਾਪਨ ਜਿਹੜਾ ਦੂਰ ਹੋ ਗਿਆ ਹੁਣ ਆਪਾਂ ਪਾ ਲਈਏ ਦੋ ਚਮਚ ਲੂਣ ਦੇ ਲੂਣ ਆਪਾਂ ਸਵਾਦ ਅਨਸਾਰ ਪਾਉਣਾ ਲਾਲ ਮਿਰਚ ਇੱਕ ਚਮਚਾ ਲਾਲ ਮਿਰਚ ਦਾ ਇੱਕ ਗਰਮ ਮਸਾਲਾ ਹਲਦੀ ਥੋੜੀ ਜੀ ਕਲਰ ਵਾਸਤੇ ਤੇ ਹੁਣ ਆਪਾਂ ਪਾਵਾਂਗੇ ਆਂਬਚੂਰ ਪਾਊਡਰ ਖਟਾਸ ਵਾਸਤੇ ਜਾਂ ਨਿੰਬੂ ਦੀਆਂ ਕੁਛ ਬੂੰਦਾ ਅੱਧਾ ਕ ਨਿੰਬੂ ਨੂੰ ਛੋੜ ਕੇ ਵੀ ਪਾ ਸਕਦੇ ਆ ਤਾਂ ਕਿ ਵਿੱਚ ਉਹ ਜਿਹੜਾ ਉਹਦਾ ਟੇਸਟ ਆ ਖੱਟਾ ਪਾਣ ਆਵੇ ਇਸ ਕਰਕੇ ਮੈਂ ਜਿਹੜਾ ਆਂਬਚੂਰ ਪਾਊਡਰ ਹੀ ਪਾਇਆ ਤੇ ਇਹਦੀ ਜਗ੍ਹਾ ਆਪਾਂ ਚਾਟ ਮਸਾਲਾ ਵੀ ਪਾ ਸਕਦੇ ਆ ਜੇਕਰ ਆਪਣੇ ਕੋਲ ਹੈ ਤਾਂ ਚਾਟ ਮਸਾਲਾ ਪਾ ਲਓ ਲਓ ਜੀ ਆਪਣੇ ਮਸਾਲੇ ਆ ਪੂਰੀ ਚੰਗੀ ਤਰ੍ਹਾਂ ਭੁੱਜ ਗਏ ਹੁਣ ਆਪਾਂ ਇਹਦੇ ਵਿੱਚ ਆਲੂ ਆ ਜਿਹੜੇ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਜਿਹੜਾ ਆਪਾਂ ਇਹਨੂੰ ਗੈਸ ਨੂੰ ਬਿਲਕੁਲ ਲੋ ਕਰ ਦੇਣਾ ਤਾਂ ਕਿ ਜਿਹੜੇ ਆਪਣੇ ਆਲੂ ਆ ਥੱਲੇ ਨਾ ਲੱਗਣ ਆਲੂਆਂ ਨੂੰ ਜਿਹੜਾ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆਲੂ ਉਬਾਲਣ ਤੋਂ ਬਾਅਦ ਸ਼ੈਲ ਲੱਕੇ ਤੇ ਉਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਹਦੇ ਵਿੱਚ ਜਿਹੜੀ ਡਲ ਨਹੀਂ ਹੋਣੀ ਚਾਹੀਦੀ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖਦੇ ਹਾਂ ਲਓ ਜੀ ਠੰਡਾ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਬੋਲ ਬਣਾ ਲੈਣੀਆਂ ਤੇ ਇਹ ਆਪਾਂ ਬਾਕੀ ਦੇ ਨਾਲ ਬਾਅਦ ਵਿੱਚ ਬਣਾਵਾਂਗੇ ਤੇ ਇੰਨੀਆਂ ਕਿ ਜਿਹੜੀਆਂ ਆਪਾਂ ਮੈਂ ਬੋਲਸ ਬਣਾ ਲਈਆਂ ਇੱਧਰ ਆਪਣਾ 20-25 ਮਿੰਟ ਹੋ ਗਏ ਆ ਆਪਣਾ ਆਟਾ ਗੁੰਨੇ ਹੋਏ ਪਏ ਨੂੰ ਇਹਨੂੰ ਹੁਣ ਮੈਂ ਚੰਗੀ ਤਰ੍ਹਾਂ ਫੇਰ ਜਿਹੜਾ ਮੁੱਕੀ ਦੇ ਦੇ ਦਿੰਨੀ ਆ ਫੇਰ ਫੇਰ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਪੇੜੇ ਕਰਾਂਗੇ ਜਿਵੇਂ ਆਪਾਂ ਸਮੋਸੇ ਜਾਂ ਕਚੌੜੀ ਵਾਲਾ ਆਟਾ ਬਣਾਉਣਾ ਉਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਬਣਾ ਲੈਣਾ ਤੇ ਪਰ ਉਹਨਾਂ ਦੇ ਨਾਲੋਂ ਸਮੋਸੇ ਕਚੌਰੀ ਨਾਲੋਂ ਇਹ ਈਜੀ ਆ ਬਹੁਤ ਹੀ ਸੌਖੇ ਆ ਤੁਸੀਂ ਟਰਾਈ ਜ਼ਰੂਰ ਕਰਿਆ ਜੋ ਤੇ ਮੇਰੇ ਨਾਲੋਂ ਤੁਸੀਂ ਵਧੀਆ ਬਣਾ ਲਓਗੇ ਇਸ ਤਰ੍ਹਾਂ ਆਪਾਂ ਪੇੜਾ ਲੈ ਲੈਣਾ ਨਾਰਮਲ ਹੀ ਪੇੜਾ ਜਿਵੇਂ ਆਪਾਂ ਰੋਟੀ ਬਣਾਉਂਦੇ ਆ ਤੇ ਇਹਨੂੰ ਆਪਾਂ ਜਿਹੜਾ ਹੁਣ ਵੇਲਾਂਗੇ ਪਹਿਲਾਂ ਆਪਾਂ ਜਿਹੜਾ ਥੋੜਾ ਜਿਹਾ ਆਟਾ ਪਾ ਲੈਨੇ ਆ ਜਾਂ ਆਪਾਂ ਆਇਲ ਵੀ ਲਾ ਸਕਦੇ ਆ ਆਇਲ ਨਹੀਂ ਲਾਉਣਾ ਤਾਂ ਫਿਰ ਜਿਹੜਾ ਆਪਾਂ ਇਹਨੂੰ ਆਟਾ ਲਾ ਲੈਨੇ ਆ ਵੀ ਤਾਂ ਕਿ ਜਿਹੜਾ ਆਪਣੇ ਚੱਕਲੇ ਦੇ ਨਾਲ ਵੇਲਨੇ ਦੇ ਨਾਲ ਚਿਪਕੇ ਨਾ ਤੇ ਸੌਖੀ ਤਰ੍ਹਾਂ ਜਿਹੜੀ ਰੋਟੀ ਵੇਲੀ ਜਾਵੇ ਇਨੂੰ ਇੰਨਾ ਪਤਲਾ ਵੇਲ ਲੈਣਾ ਨਾ ਪੂਰਾ ਪਤਲਾ ਵੇਲ ਲੈਣਾ ਜਿਸ ਤਰ੍ਹਾਂ ਆਪਾਂ ਨਮਕਪਾਰੇ ਵੇਲਦੇ ਆ ਪਤਲੇ ਪਤਲੇ ਉਸ ਤਰ੍ਹਾਂ ਆਪਾਂ ਰੋਟੀ ਨੂੰ ਜਿਹੜਾ ਵੇਲ ਲੈਣਾ ਬਿਲਕੁਲ ਪਤਲਾ ਤਾਂ ਕਿ ਜਿਹੜਾ ਫਿਰ ਅੰਦਰ ਤੱਕ ਇਹ ਜਿਹੜਾ ਪੱਕ ਜਾਵੇ ਕੱਚੇ ਨਾ ਰਹਿਣ ਇਸ ਕਰਕੇ ਜਿਹੜਾ ਆਪਾਂ ਇਹਨੂੰ ਪਤਲਾ ਵੇਲ ਲੈਣਾ ਆ ਦੇਖੋ ਇਹਦੇ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਕੋਈ ਟਾਈਮ ਨਹੀਂ 나ਹੀਂ ਜ਼ਿਆਦਾ ਆਪਾਂ ਨੂੰ ਕੋਈ ਸਮਾਨ ਦੀ ਲੋੜ ਆ ਦੇਖੋ ਮੈਂ ਇੰਨਾ ਪਤਲਾ ਵੇਲ ਲਿਆ ਇਸ ਤੋਂ ਵੀ ਜੇ ਜਿੰਨਾ ਵੀ ਵੇਲਿਆ ਜਾਵੇ ਉਨਾ ਹੀ ਜ਼ਿਆਦਾ ਵਧੀਆ ਤੇ ਹੁਣ ਆਪਾਂ ਇਹਨੂੰ ਚਾਰੋਂ ਤਰਫ ਜਿਹੜਾ ਆਪਾਂ ਇਹਨੂੰ ਕੱਟ ਦੇਣਾ ਇਹਦਾ ਚੌਰਸ ਪੀਸ ਬਣਾ ਲੈਣਾ ਹੈ ਆਪਾਂ ਆ ਦੇਖੋ ਸਾਈਡਾਂ ਤੋਂ ਜਿਹੜਾ ਆਪਾਂ ਚਾਰੇ ਪਾਸਿਆਂ ਤੋਂ ਇਹਨੂੰ ਕੱਟ ਕੇ ਇੱਕ ਚੌਰਸ ਪੀਸ ਬਣਾ ਕੇ ਫਿਰ ਉਸ ਦੇ ਜਿਹੜੇ ਆਪਾਂ ਚਾਰ ਟੁਕੜੇ ਬਣਾਵਾਂਗੇ ਆ ਦੇਖੋ ਲਓ ਜੀ ਇਹ 400 ਹੋ ਗਿਆ ਹੁਣ ਆਪਾਂ ਵਿਚਾਲੇ ਲਾਵਾਂਗੇ ਟੱਕ ਵਿਚਾਲੇੋਂ ਕੱਟ ਦਿੰਨੇ ਬਰਾਬਰ ਇਧਰੋਂ ਵੀ ਲਓ ਜੀ ਇਹ ਆਪਣੇ ਚਾਰ ਪੀਸ ਬਣ ਗਏ ਆ ਤੇ ਆਪਾਂ ਹੁਣ ਚਾਰ ਸਨੈਕਸ ਬਣਾਵਾਂਗੇ ਆ ਦੇਖੋ ਇਹਦੇ ਵਿੱਚ ਆਪਾਂ ਹੁਣ ਸਟਫਿੰਗ ਕਰਾਂਗੇ ਇਹ ਆਪਾਂ ਇੱਕ ਬੋਲ ਲੈ ਲਈ ਇਸ ਤਰ੍ਹਾਂ ਇਹਦੀਆਂ ਚਾਰੇ ਗੁੱਠਾਂ ਜਿਹੜੀਆਂ ਆਪਾਂ ਜੋੜ ਦੇਣੀਆਂ ਬਹੁਤ ਹੀ ਈਜੀ ਆ ਬਹੁਤ ਹੀ ਸੌਖੇ ਆ ਤੇ ਦੇਖਣ ਵਿੱਚ ਸੋਹਣੇ ਵੀ ਬਹੁਤ ਲੱਗਦੇ ਆ ਤੇ ਖਾਸਤਾ ਵੀ ਬਹੁਤ ਹੁੰਦੇ ਆ ਟੇਸਟੀ ਵੀ ਬਹੁਤ ਬਣਦੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੁਣ ਆਪਾਂ ਇਹਨੂੰ ਜਿਹੜਾ ਖੁੱਲੇ ਨਾ ਇਹਦੇ ਕਰਕੇ ਆਪਾਂ ਜਿਹੜਾ ਲੌਂਗ ਲਾਤਾ ਨਾਲੇ ਤਾਂ ਲੌਂਗ ਦੇ ਨਾਲ ਆ ਜਿਹੜਾ ਬਹੁਤ ਸੋਹਣਾ ਲੱਗਦਾ ਦੇ ਨਾਲੇ ਜਿਹੜਾ ਇਹਦੇ ਨਾਲੇ ਦਾ ਜੋੜ ਆ ਵੀ ਇਹ ਫਰਾਈ ਹੋਣ ਲੱਗ ਗਿਆ ਜਿਹੜੇ ਖੁੱਲੇ ਨਾ ਇਹ ਸਾਈਡਾਂ ਤੋਂ ਮੈਂ ਜੋੜ ਤਾ ਵੈਸੇ ਇਹਦੀ ਕੋਈ ਜ਼ਰੂਰੀ ਨਹੀਂ ਹੁੰਦਾਗਾ ਇਹਨੂੰ ਜੋੜਨਾ ਜੇ ਤੁਸੀਂ ਜੋੜਨਾ ਚਾਹੋ ਨਾ ਜੋੜ ਵੀ ਸਕਦੇ ਆ ਤੇ ਨਾ ਹੀ ਤਾਂ ਨਾ ਵੀ ਜੋੜੋ ਲਓ ਜੀ ਇਹ ਆਪਣਾ ਇੱਕ ਜਿਹੜਾ ਸਟਫਿੰਗ ਵਾਲਾ 스ਨੈਕਸ ਬਣ ਕੇ ਤਿਆਰ ਹੋ ਗਿਆ ਇੱਕ ਮੈਂ ਹੋਰ ਤੁਹਾਨੂੰ ਜਿਹੜਾ ਤਿਆਰ ਕਰਕੇ ਦਿਖਾਉਣੀ ਆ ਤੁਸੀਂ ਟਰਾਈ ਜ਼ਰੂਰ ਕਰਿਆ ਜੋ ਬਹੁਤ ਵਧੀਆ ਬਣਾ ਲਓਗੇ ਬਹੁਤ ਹੀ ਈਜੀ ਆ ਸਭ ਤੋਂ ਪਸ ਕੇ ਆਟਾ ਜਿਹੜਾ ਮੈਦੇ ਨੂੰ ਗੁੰਨ ਕੇ ਰੱਖ ਲੈਣਾ ਮੈਦਾ ਗੁੰਨਣ ਤੋਂ ਬਾਅਦ ਸਟਫਿੰਗ ਵਾਸਤੇ ਜਿਹੜਾ ਮਿਸ਼ਰਣ ਆ ਉਹ ਬਣਾ ਕੇ ਰੱਖ ਲੈਣਾ ਲਓ ਜੀ ਇਹਨਾਂ ਨੂੰ ਆਪਾਂ ਚਾਰੇ ਗੁੱਠਾ ਨੂੰ ਮਿਲਾਤਾ ਤੇ ਹੁਣ ਇਹਦੇ ਵਿੱਚ ਜਿਹੜਾ ਲੌਂਗ ਲਾਤਾ ਵੀ ਜਦੋਂ ਇਹਨਾਂ ਨੂੰ ਫਰਾਈ ਕਰਨਾ ਤੇ ਖੁੱਲਣ ਨਾ ਤੇ ਬਿਲਕੁਲ ਵੀ ਨਹੀਂ ਖੋਲ ਦੇਗੇ ਲਓ ਜੀ ਇਹ ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਬਣਾ ਲੈਣੇ ਆ ਸਨੈਕਸ ਆ ਦੇਖੋ ਮੈਂ ਸਾਰੇ ਸਨੈਕਸ ਆ ਜਿਹੜੇ ਬਣਾ ਕੇ ਤਿਆਰ ਕਰ ਲਏ ਸਟਫਿੰਗ ਕਰ ਲਈ ਆ ਤੇ ਹੁਣ ਇਧਰ ਆਪਣਾ ਜਿਹੜਾ ਤੇਲ ਆ ਆਇਲ ਆ ਆ ਸਾਈਡਾਂ ਤੋਂ ਬਚੇ ਹੋਏ ਸੀ ਬਾਅਦ ਵਿੱਚ ਥੋੜੇ ਜਿ ਤੇ ਇਹ ਵੀ ਆਪਾਂ ਇੱਕ ਨਮਕ ਪਾ ਰਏ ਹਾਂ ਦੀ ਤਰ੍ਹਾਂ ਜਿਹੜਾ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਧਰ ਆਪਣਾ ਤੇਲ ਗਰਮ ਹੋ ਗਿਆ ਪਹਿਲਾਂ ਹੀ ਰੱਖਿਆ ਹੋਇਆ ਸੀ ਗਰਮ ਹੋਣ ਲਈ ਤੇਲ ਆ ਜਿਹੜਾ ਇਹ ਆਪਣਾ ਹਾਈ ਫਲੇਮ ਤੇ ਆ ਪੂਰਾ ਗਰਮ ਕੀਤਾ ਹੋਇਆ ਬਾਅਦ ਵਿੱਚ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਤਾਂ ਮੀਡੀਅਮ ਹਾਈ ਤੇ ਰੱਖ ਕੇ ਜਿਹੜਾ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਲੋ ਜੀ ਆਪਣੇ ਨਾਮ ਕਪਾਰੇ ਤਾਂ ਪੂਰੇ ਵਧੀਆ ਬਣ ਗਏ ਆ ਕਲਰ ਵੀ ਬਹੁਤ ਵਧੀਆ ਆ ਆ ਜਦੋਂ ਆਪਾਂ ਮੈਦੇ ਦੇ ਬਣਾਉਨੇ ਆ ਤਾਂ ਫਿਰ ਇਹਨਾਂ ਦਾ ਕਲਰ ਲਾਈਟ ਹੁੰਦਾ ਜੇ ਆਪਾਂ ਆਟੇ ਦੇ ਬਣਾਵਾਂਗੇ ਨਾਰਮਲ ਘਰੇ ਰੋਟੀ ਵਾਲੇ ਆਟੇ ਦੇ ਤਾਂ ਇਹਨਾਂ ਦਾ ਕਲਰ ਆ ਜਿਹੜਾ ਉਹ ਡਾਰਕ ਹੋ ਜਾਂਦਾ ਮੈਦੇ ਦੇ ਤੇ ਕਣਕ ਦੇ ਆਟੇ ਦਾ ਇਹੀ ਫਰਕ ਹੁੰਦਾ ਹੈ ਉਹਨਾਂ ਦਾ ਜਿਹੜਾ ਕਲਰ ਆ ਉਹ ਡਾਰਕ ਹੁੰਦਾ ਆਟੇ ਵਾਲਿਆਂ ਦਾ ਤੇ ਮੈਦੇ ਵਾਲੀ ਰੈਸਪੀ ਦਾ ਕੋਈ ਵੀ ਆਪਾਂ ਚੀਜ਼ ਖਾਣ ਲਈ ਬਣਾਵਾਂਗੇ ਕਚੌੜੀ ਸਮੋਸਾ ਜਾਂ 스ਨੈਕਸ ਉਹਨਾਂ ਦਾ ਕਲਰ ਆ ਜਿਹੜਾ ਲਾਈਟ ਹੁੰਦਾ ਆਟੇ ਤੇ ਮੈਦੇ ਦੇ ਵਿੱਚ ਸਿਰਫ ਇੰਨਾ ਕੀ ਫਰਕ ਹੁੰਦਾ ਹੈ ਆ ਦੇਖੋ ਇਹਨਾਂ ਨੂੰ ਆਪਾਂ ਉਲਟਾ ਪਲਟਾ ਕੇ ਜਿਹੜਾ ਫਰਾਈ ਕਰ ਲਿਆ ਪੂਰੀ ਤਰ੍ਹਾਂ ਤੇ ਬਹੁਤ ਹੀ ਵਧੀਆ ਜਿਹੜਾ ਕਲਰ ਬਣ ਕੇ ਤਿਆਰ ਆਇਆ ਖਾਸਤਾ ਬਣਿਆ ਜਦੋਂ ਆਪਾਂ ਮੌਇਨ ਪਾਉਣਾ ਮੌਇਨ ਨਹੀਂ ਆਪਣਾ ਘੱਟ ਹੋਣਾ ਚਾਹੀਦਾ ਆਪਣਾ ਆਟਾ ਜਿਹੜਾ ਉਹ ਬਾਈਂਡ ਹੋਣਾ ਚਾਹੀਦਾ ਲਓ ਜੀ ਇੱਕ ਬੈਚ ਆਪਾਂ ਫਰਾਈ ਕਰ ਲਿਆ ਤੇ ਹੁਣ ਆਪਣਾ ਅਗਲਾ ਬੈਚ ਆ ਇਸੇ ਤਰ੍ਹਾਂ ਆਪਾਂ ਸਾਰੇ 스ਨੈਕਸ ਆ ਜਿਹੜੇ ਸਟਫਿੰਗ ਵਾਲੇ ਫਰਾਈ ਕਰ ਲੈਣੇ ਆ ਸਮੋਸੇ ਕਚੌਰੀਆਂ ਖਾਣਾ ਵੀ ਭੁੱਲ ਜਾਓਗੇ ਇਸ ਤਰ੍ਹਾਂ ਦੀ ਐਨੀ ਵਧੀਆ ਜਿਹੜੀ ਇਹ ਦੇਸ਼ਾ ਬਹੁਤ ਹੀ ਜ਼ਿਆਦਾ ਸਾਰੇ ਪਰਿਵਾਰ ਨੂੰ ਖੁਸ਼ ਹੋਣ ਵਾਲੀ ਗੱਲ ਆ ਸਾਰਿਆਂ ਨੂੰ ਪਸੰਦ ਆਈ ਆ ਸਾਰਿਆਂ ਨੇ ਬਹੁਤ ਹੀ ਖੁਸ਼ ਹੋ ਕੇ ਖਾਧਾ ਟੇਸਟੀ ਵੀ ਬਹੁਤ ਸੀ ਬਹੁਤ ਹੀ ਖਾਸਤਾ ਸੀਗੇ ਲੋ ਜੀ ਆਪਾਂ ਸਾਰੇ ਜਿਹੜੇ ਫਰਾਈ ਕਰ ਲਿਆ 스ਨੈਕਸ ਤੇ ਹੁਣ ਤੁਸੀਂ ਫਿਰ ਮੈਨੂੰ ਦੱਸਿਆ ਜੋ ਵੀ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਆਲੂ ਸਟਫਿੰਗ ਸਨੈਕਸ ਕਿਵੇਂ ਵਧੀਆ ਲੱਗੇ ਬਣਾਏ ਵੇ ਤਰੀਕਾ ਤੁਹਾਨੂੰ ਵਧੀਆ ਲੱਗਾ ਤਾਂ ਮੈਨੂੰ ਜਰੂਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਆ ਦੇਖੋ ਕਿੰਨਾ ਵਧੀਆ ਕਲਰ ਬਣ ਕੇ ਤਿਆਰ ਹੋਇਆ ਬਿਲਕੁਲ ਜਿਵੇਂ ਆਪਾਂ ਕੋਈ ਸਮੋਸੇ ਜਾਂ ਕਚੌਰੀਆਂ ਬਸ ਉਹਦੇ ਨਾਲੋਂ ਥੋੜੀ ਮਿਹਨਤ ਘੱਟ ਆ ਜਦੋਂ ਆਪਾਂ ਸਮੋਸੇ ਜਾਂ ਕਚੌੜੀ ਬਣਾਉਣੇ ਆ ਜਾਂ ਕੋਈ ਸਨੈਕਸ ਬਣਾਉਣੇ ਆ ਮਿਹਨਤ ਬਹੁਤ ਘੱਟ ਆ ਇਹਦੇ ਲਈ ਨਾ ਤਾਂ ਜ਼ਿਆਦਾ ਸਮੋਸਿਆਂ ਦੀ ਲੋੜ ਆ ਆ ਸਮਾਨ ਦੀ ਸਾਰੀ ਲੋੜ ਆ ਲਓ ਜੀ ਲਓ ਜੀ ਆਪਣੇ ਇਹ ਸਨੈਕਸ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਕਲਰ ਬਣਿਆ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਤੇ ਤੁਸੀਂ ਟਰਾਈ ਜਰੂਰ ਕਰਿਆ ਜੋ ਤੁਸੀਂ ਜ਼ਰੂਰ ਬਣਾ ਲੋਗੇ ਬਹੁਤ ਹੀ ਈਜ਼ੀ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਇਹਦੇ ਲਈ ਆਪਾਂ ਨੂੰ ਸਮਾਨ ਦੀ ਵੀ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ ਕਿ ਘਰ ਵਿੱਚ ਬਸ ਆਲੂ ਪਿਆਜ਼ ਤੇ ਮੈਦਾ ਤੇ ਬਸ ਸੌਸ ਵਗੈਰਾ ਚਟਣੀ ਨਾਲ ਘਰੇ ਬਣਾ ਕੇ ਤਿਆਰ ਕਰ ਲਓ ਲਓ ਜੀ ਬਹੁਤ ਹੀ ਟੇਸਟੀ ਲਾਜਵਾ ਚਲੋ ਠੀਕ ਹੈ ਜੀ ਅੱਜ ਦੀ ਮੇਰੀ ਵੀਡੀਓ ਐਨੀ ਸੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ